ਜੀਐਸਕਿਲ ਦੀਆਂ ਨਜ਼ਰਾਂ ਵਿੱਚੋਂ ਨਾ ਤਾਂ ਅੱਜ ਤੱਕ ਕੋਈ ਬਚ ਸਕਿਆ ਅਤੇ ਨਾ ਅੱਗੇ ਬਚ ਸਕੇਗਾ। ਇਸ ਸ਼ਹਿਰ ਵਿੱਚੋਂ ਜਦ ਵੀ ਕੋਈ ਜੁਰਮ ਦੀ ਦੁਨੀਆ ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਕਰੇਗਾ ਤਾਂ ਜੀਐਸਕਿਲ ਆਪਣੇ ਰਾਹਾਂ ਵਿੱਚ ਖੜਾ ਪਾਏਗਾ। ਮੈਨੂੰ ਮੋਹਾਲੀ ਦਾ ਮਾਹੌਲ ਸ਼ਾਂਤ ਚਾਹੀਦਾ, ਚਾਹੇ ਮੁਜ਼ਰਮਾਂ ਨੂੰ ਜੇਲ੍ਹ ਵਿੱਚ ਸੁੱਟ ਕੇ ਹੋਵੇ ਅਤੇ ਚਾਹੇ ਖਬਰਾਂ ਵਿੱਚ।